हम रोगों परे एक गुण लागी अमृत छाट बिके बिकारी माया आप हर प्यारा
ਵਿੱਚ ਕਾਸ਼ ਨਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇਦਾ ਪਿਆਰਾ ਸਾਨੇ ਦੇ ਸਭ ਲਵਾਇਆ ਆਪੇ ਤਾਣ ਦੀਪਾਣ ਹੈ ਪਿਆਰਾ ਆਪੇ ਕਰੇ ਲਾਇਆ ਜਿਉਂ ਆਪ ਚਲਾਏ ਤਿਉਂ ਚਲੀਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਜਿਉਂ ਆਪ ਚਲਾਏ ਤਿਉਂ ਚਲੀਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤ ਹੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਟ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੂ ਆਪੇ ਵਣਜਾਰਾ ਆਪੇ ਵਣਜ ਕਰਾਇਆ ਬੋਲੇ ਜੀ ਕੀ ਹਾਲ ਨੇ ਫੋਨ ਹੀ ਬੰਦ ਰਹਿੰਦਾ ਆ ਗਿਆ ਮੇਰਾ ਵਟਸਐਪ ਚੱਲਦਾ ਮੇਰਾ ਉੱਥੇ ਕੰਮ ਨਹੀਂ ਕਰਦਾ ਜਿੱਥੇ ਮੈਂ ਸਾਰਾ ਪ੍ਰੋਗਰਾਮ ਕਰ ਰਿਹਾ ਮੁਕੰਮਲ ਮੈਂ ਤਾਂ ਕੱਲ੍ਹ ਇਸਲਾਮਾਬਾਦ ਤੋਂ ਪਹੁੰਚਿਆ ਹੋਇਆ ਹਾਂ ਬਈ 4 ਵਜੇ ਠੀਕ ਆਪਣੇ ਬਿਜਾਇ ਕੋਈ ਨਹੀਂ ਮੇਰੀ ਡੇਵਲ ਡਿਊਟੀ ਲੱਗੀ ਹੋਈ ਮੇਰੇ ਰਸਤੇ ਨਹੀਂ ਹੋ ਲਾਗੇ ਨਾ ਉੱਤਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ
ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਰੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਘੀ ਗੋਦ ਵਿੱਚ ਆਨੰਦ ਮਾਣਦੀ ਸਾਧ ਸੰਗਤ ਜੀ ਗੁਰਦੇਵ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਭ ਨੂੰ ਗੌਰਮੈਂਟ ਆਫ ਪਾਕਿਸਤਾਨ ਐਵੈਕੂਟਸ ਪ੍ਰੋਪਰਟੀ ਬੋਰਡ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਹੋਈਆਂ ਸਮੂਹ ਸੰਗਤਾਂ ਪਾਕਿਸਤਾਨ ਦੇ ਕੋਨੇ ਕੋਨੇ ਤੋਂ ਆਈਆਂ ਹੋਈਆਂ ਸੰਗਤਾਂ ਨੂੰ ਸਾਡੇ ਮਾਂ ਸਾਡੇ ਵਿੱਚ ਮੌਜੂਦ ਮਹਾਂਪੁਰਸ਼ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲੇ ਪ੍ਰਧਾਨ ਸਾਹਿਬ ਸਰਦਾਰ ਸੁਖਵੰਤ ਸਿੰਘ ਜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਾਬ ਮੁਹਤਰਮ ਤਾਜ ਵਜ਼ੀਰ ਸਾਹਿਬ ਸੈਕਟਰੀ ਐਵੈਕਿਊ ਟਰੱਸਟ ਪ੍ਰੋਪਰਟੀ ਬੋਰਡ ਜਨਾਬ ਇਮਰਾਨ ਗੋਲਡਨ ਸਾਹਿਬ ਡਿਪਟੀ ਸੈਕਟਰੀ ਐਵੈਕਿਊ ਟਰੱਸਟ ਪ੍ਰੋਪਰਟੀ ਬੋਰਡ ਤਮਾਮ ਰਾਗੀ ਸਾਹਿਬਾਨ ਜਿਹੜੇ ਰਾਗੀ ਜੱਥੇ ਸ੍ਰੀ ਦਰਬਾਰ ਸਾਹਿਬ ਤੋਂ ਜਾਂ ਦਿੱਲੀ ਤੋਂ ਜਿਹੜੇ ਰਾਗੀ ਜੱਥੇ ਆਏ ਹਨ ਪਾਕਿਸਤਾਨ ਤੋਂ ਜਿਹੜੇ ਰਾਗੀ ਜੱਥੇ ਆਏ ਹਨ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਤਮਾਮ ਗ੍ਰੰਥੀ ਸਾਹਿਬਾਨ ਤਮਾਮ ਇਲੈਕਟ੍ਰੋਨਿਕਸ ਪ੍ਰਿੰਟ ਮੀਡੀਆ ਤਮਾਮ ਕੇਅਰਟੇਕਰ ਮਾਸਟਰ ਮਨੀਰ ਸਾਹਿਬ ਅਦਰ ਅਬਾਸ ਸਾਹਿਬ ਤਮਾਮ ਅਹਿਬਾਬ ਜਿਹੜੇ ਇਸ ਗੁਰੂ ਘਰ ਵਿੱਚ ਬੈਠੇ ਹਨ ਸਮੂਹ ਸੰਗਤਾਂ ਨੂੰ ਅਸੀਂ ਦਿਲ ਦੀ ਗਹਿਰਾਈਆਂ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਤਹਿ ਦਿਲ ਤੋਂ ਜੀਏ ਆਖਦੇ ਹਾਂ। ਬੋਲੇ ਸੋਨਿਆ ਅਸੀਂ ਜਿਸ ਦਰ ਤੇ ਬੈਠੇ ਹਾਂ ਮੈਂ ਇੱਕ ਮਿੰਟ ਲਵਾਂਗਾ ਜੋ ਕਿ ਬੁਲਾਰੇ ਜ਼ਿਆਦਾ ਹਨ ਲੇਕਿਨ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਆਪਣੀ ਸੰਗਤਾਂ ਨਾਲ ਵਿਚਾਰ ਸਾਂਝੀ ਕਰਾਂ। ਜਿਸ ਦਰ ਤੇ ਆਪਾਂ ਬੈਠੇ ਹਾਂ ਸਾਡੇ ਚੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਕਿ 1534 ਈਸਵੀ ਨੂੰ 24 ਸਤੰਬਰ ਨੂੰ ਪਈ ਅਰਦਾਸ ਜੀ ਦੀ ਗ੍ਰਹਿ ਵਿਖੇ ਮਾਤਾ ਦੇ ਫੋਰ ਦੇ ਕੁੱਖੋਂ ਸਤਿਗੁਰ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਹੈ। ਸੇਵਾ ਦੀ ਮਹਾਨਤਾ ਸਤਿਗੁਰ ਪਾਤਸ਼ਾਹ ਦਾ ਅਗਰ ਬਚਪਨ ਦੇ ਉੱਤੇ ਅਸੀਂ ਨਜ਼ਰ ਦੁਹਰਾਏ ਗਏ ਤੇ ਮੇਰਾ ਖਿਆਲ 2-3 ਸਾਲ ਦੇ ਸਨ ਜਦੋਂ ਆਪ ਜੀ ਨੇ ਮਾਤਾ ਜੀ ਚੜ੍ਹਾਈ ਕਰ ਗਏ। ਜਦੋਂ 7-8 ਸਾਲ ਦੀ ਉਮਰ ਹੋਈ ਆਪ ਜੀ ਦੇ ਪਿਤਾ ਜੀ ਇਸ ਸੰਸਾਰ ਤੋਂ ਚਲਾਣਾ ਕਰਕੇ ਇਸ ਸੰਸਾਰ ਤੋਂ ਰਸਤ ਹੋ ਗਏ। ਆਪ ਜੀ ਬਚਪਨ ਦੇ ਵਿੱਚ ਹੀ ਯਤੀਮ ਹੋ ਗਏ। ਜਦੋਂ ਬੱਚਾ ਕੋਈ ਵੀ ਹੋਵੇ ਜਦੋਂ ਉਹਦਾ ਵਾਰੀ ਵਾਰਸ ਨਾ ਹੋਵੇ 7-8 ਸਾਲ ਦੀ ਉਮਰ ਦੇ ਵਿੱਚ ਬੱਚਾ ਯਤੀਮ ਹੋ ਜਾਵੇ ਤਾਂ ਉਹਦਾ ਕੀ ਹਾਲ ਹੁੰਦਾ ਹੋਵੇਗਾ। ਆਪ ਜੀ ਨੂੰ ਆਪ ਜੀ ਦੇ ਨਾਨਕੇ ਇੱਥੋਂ ਪਿੰਡ ਬਾਸਰ ਕੇ ਲੈ ਗਏ ਜਿੱਥੇ ਆਪ ਜੀ ਮੁਖਤਸਰ ਥੋੜ੍ਹੀ ਜਿਹੀ ਆਪ ਜੀ ਨੂੰ ਦੱਸਾਂ ਕਿ ਆਪ ਜੀ ਉੱਥੇ ਪਿੰਡ ਬਾਸਰ ਜਾ ਬਾਸਰ ਕੇ ਜਾ ਕੇ ਕਿਉਂਕਿ ਗਰੀਬੀ ਸੀ ਯਤੀਮੀ ਸੀ ਆਪ ਜੀ ਨੇ ਛੋਲਿਆਂ ਦੀਆਂ ਕੁੰਗੜੀਆਂ ਵੇਚੀਆਂ ਕਰਨੀਆਂ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਚੱਲ ਰਹੀ ਸੀ ਆਪ ਪਰਿਵਾਰ ਸਮੇਤ ਗੋਇੰਦਵਾਲ ਸਾਹਿਬ ਚਲੇ ਗਏ ਉੱਥੇ ਆਪ ਜੀ ਸੇਵਾ ਕਰਦੇ ਰਹੇ। ਇਸੇ ਦੌਰਾਨ ਆਪ ਜਦ ਸੇਵਾ ਵਿੱਚ ਲੀਨ ਹੋਏ ਸੇਵਾ ਕਰਦੇ ਰਹੇ ਇੱਕ ਦਿਨ ਆਪ ਜੀ ਦੀ ਨਜ਼ਰ ਆਪ ਜੀ ਦੀ ਉੱਤੇ ਨਜ਼ਰ ਪਈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ। ਮਾਤਾ ਦਇਆ ਕੌਰ ਜੀ ਕਹਿੰਦੇ ਸਨ ਕਿ ਆਪਣੀ ਬੀਬੀ ਪਾਣੀ ਜੀ ਵੱਡੇ ਹੋਏ ਗਏ ਹਨ ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਵਰਗਾ ਅਗਰ ਕੋਈ ਬੱਚਾ ਮਿਲ ਜਾਏ ਤਾਂ ਅਸੀਂ ਆਨੰਦ ਕਾਰਜ ਉਹਦੇ ਨਾਲ ਕਰ ਦਈਏ। ਅਤੇ ਮਾਤਾ ਦਇਆ ਕੌਰ ਜੀ ਕਹਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਵਰਗਾ ਤਾਂ ਇਹੀ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ। ਸੋ ਆਪ ਜੀ ਦਾ ਆਨੰਦ ਕਾਰਜ ਬੀਬੀ ਪਾਣੀ ਜੀ ਨਾਲ ਹੋਇਆ
ਸੋ